ਚੋਰਾਂ ਦੇ ਹੌਸਲੇ ਕਿੰਨੇ ਜ਼ਿਆਦਾ ਬੁਲੰਦ ਨੇ ਇਸ ਦਾ ਅੰਦਾਜ਼ਾ ਤੁਸੀਂ ਇਹ ਤਸਵੀਰ ਦੇਖ ਕੇ ਸਹਿਜੇ ਹੀ ਲਗਾ ਸਕਦੇ ਹੋ ਕਿ ਕਿਵੇਂ ਚਿੱਟੇ ਦਿਨ ਹੀ ਇੱਕ ਮੁੰਡਾ ਦੁਕਾਨ 'ਚ ਦਾਖਲ ਹੋ ਕੇ ਗੱਲੇ 'ਚ ਪਈ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਤਸਵੀਰਾਂ ਹੁਸ਼ਿਆਰਪੁਰ ਦੇ ਕਸਬਾ ਗੜਦੀ ਵਾਲਾ ਦੀਆਂ ਨੇ, ਜਿੱਥੇ ਕਿ ਇੱਕ ਮੈਡੀਕਲ ਸਟੋਰ ਦੀ ਦੁਕਾਨ 'ਤੇ ਇੱਕ ਮੁੰਡਾ ਆਉਂਦਾ ਹੈ ਅਤੇ ਉਸ ਵੱਲੋਂ ਕਿਸੇ ਤਰ੍ਹਾਂ ਨਾਲ ਦੁਕਾਨ ਦਾ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਦੁਕਾਨ ਦੇ ਗੱਲੇ 'ਚ ਪਈ ਨਕਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਚੋਰ ਵੱਲੋਂ ਇਸ ਘਟਨਾ ਨੂੰ ਮਹਿਜ ਕੁਝ ਸੈਕਿੰਡਾਂ ਦੇ ਵਿੱਚ ਹੀ ਅੰਜਾਮ ਦਿੱਤਾ ਗਿਆ ਅਤੇ ਘਟਨਾ ਤੋਂ ਬਾਅਦ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਦੁਪਹਿਰ ਕਰੀਬ 12:30 ਵਜੇ ਦੁਕਾਨ ਦੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਬਾਥਰੂਮ ਕਰਨ ਦੇ ਲਈ ਗਿਆ ਸੀ ਅਤੇ ਇਸ ਦੌਰਾਨ ਇੱਕ ਨੌਜਵਾਨ ਦੁਕਾਨ 'ਤੇ ਆਉਂਦਾ ਹੈ ਅਤੇ ਕਿਸੇ ਤਰੀਕੇ ਨਾਲ ਦਰਵਾਜ਼ਾ ਖੋਲ੍ਹ ਕੇ ਗੱਲੇ 'ਚ ਪਈ ਨਕਦੀ ਚੁੱਕ ਕੇ ਫਰਾਰ ਹੋ ਜਾਂਦਾ ਹੈ ਅਤੇ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਮੈਂ ਦੁਕਾਨ ਤੋਂ 12:25 ਤੋਂ ਬਾਥਰੂਮ ਗਿਆ ਅਤੇ ਬਾਥਰੂਮ ਕਰਕੇ ਜਦ ਵਾਪਸ ਆਇਆ ਤਾਂ ਚੇਅਰ 'ਤੇ ਬੈਠਾ ਹੱਥ ਧੋ ਕੇ। ਉਹ ਤੋਂ ਬਾਅਦ ਡੀਲਰ ਆਏ ਪੈਸੇ ਲੈਣ ਵਾਸਤੇ। ਅੱਛਾ, ਇਸ ਲਈ ਮੈਂ ਆਪਣਾ ਗੱਲਾ ਦੇਖਿਆ ਤਾਂ ਮੇਰਾ ਗੱਲਾ ਖਾਲੀ, ਬਿਲਕੁਲ ਖਾਲੀ ਸੀਗਾ ਅਤੇ ਕੁਛ 60 ਰੁਪਏ ਥੱਲੇ ਡਿੱਗੇ ਹੋਏ ਸੀਗੇ, ਜਦਕਿ ਅੱਜ ਤੱਕ ਮੇਰੇ ਪੈਸੇ ਕਦੀ ਥੱਲੇ ਨਹੀਂ ਡਿੱਗੇ ਸੰਭਾਲ ਦੇ ਅਨੁਸਾਰ। ਠੀਕ ਹੈ। ਉਹ ਤੋਂ ਬਾਅਦ ਮੈਂ ਚੰਬੇ 'ਚ ਪੈ ਕੇ ਪੈਸੇ ਕਿੱਥੇ, ਮੈਂ ਕਾਕੇ ਨੂੰ ਫੋਨ ਕੀਤਾ, ਇਹ ਕਹਿੰਦਾ ਮੈਂ ਲਿਆ ਆ, ਵਾਈਫ ਨੂੰ ਫੋਨ ਕੀਤਾ ਕਹਿੰਦੀ ਉਹ ਲੈ ਗਏ ਆ। ਠੀਕ ਹੈ। ਫਿਰ ਉਹ ਤੋਂ ਬਾਅਦ ਮੈਂ ਇਹਨੇ ਆਪਣੇ ਦੋਸਤ ਨੂੰ ਫੋਨ ਕੀਤਾ, ਅਸੀਂ ਕੈਮਰਾ ਖੰਗਾਲਿਆ, ਉਹਦੇ ਵਿੱਚ ਇੱਕ ਨੀਲੀ ਜੈਕਟ ਵਾਲਾ ਹੁੱਡ ਵਾਲੀ ਉਹਨੇ ਪਾਈ ਹੋਈ ਸੀ, ਉਹ ਰੰਗੇ ਹੱਥੀਂ ਪੈਸੇ ਕੱਢਦਾ ਫੜਿਆ ਗਿਆ। ਪਰ ਕਿਉਂਕਿ ਬਹੁਤ ਲੋਕ ਆਉਂਦੇ ਆ, ਇਹਨਾਂ ਦੀ ਸਾਨੂੰ ਇਹ ਨਹੀਂ ਪਤਾ ਵੀ ਬੱਚੇ ਕੌਣ ਸੀ ਜਾਂ ਕੌਣ ਨਹੀਂ। ਕੁਛ ਪਹਿਲਾਂ ਦੇਖਿਆ ਤੁਸੀਂ ਏਦਾਂ ਦਾ ਬੰਦਾ ਜੀ ਕਿਤੇ? ਮੈਂ ਕਦੀ ਇਹ ਨਹੀਂ, ਇਸ ਡਰੈਸ 'ਚ ਨਹੀਂ ਅੱਗੇ ਦੇਖਿਆ ਹੋਊਗਾ ਤਾਂ ਮੈਨੂੰ ਇੰਟੈਂਸ਼ਨਲੀ ਮੈਨੂੰ ਕੋਈ ਯਾਦ ਨਹੀਂ ਇਹਦੇ ਬਾਰੇ। ਠੀਕ ਹੈ। ਹੋਣਾ ਕੋਈ ਭੇਤੀ ਆ ਜਿਹੜਾ ਕੋਈ ਆਉਂਦਾ ਡੇਲੀ ਦੇਖਦਾ ਜਿਹਨੇ ਦੇਖਿਆ। ਤੁਹਾਡੀ ਕੋਈ ਫਿਕਸ ਟਾਈਮਿੰਗ ਵੀ ਆ ਵੀ ਇੰਨੇ ਕੁ ਵਜੇ ਤੁਸੀਂ ਬਾਥਰੂਮ ਜਾਂਦੇ ਆ ਜਾਂ ਫਿਰ ਜਾਂਦੇ ਆ ਜਾਂ ਕਿਤੇ ਕੰਮ ਜਾਂਦੇ ਆ? ਇੰਨੇ ਵਜੇ ਮੈਨੂੰ ਥੋੜੀ ਜਿਹੀ ਕਈ ਵਾਰ ਬਾਥਰੂਮ ਉਹ ਜ਼ਿਆਦਾ ਆਉਣ ਦੀ ਪ੍ਰੋਬਲਮ ਆਉਂਦੀ, ਫਿਰ ਜੇ ਲਿਆਉਂਦਾ ਮੈਂ ਉਸ 'ਚ ਚਲੇ ਜਾਂਦਾ। ਇੱਦਾਂ ਫਿਕਸ ਟਾਈਮ ਕੋਈ ਨਹੀਂ ਹੈਗਾ। ਕਿੰਨੀ ਪੇਮੈਂਟ ਚੋਰੀ ਹੋਈ ਜੀ ਆਪਣੀ? ਲਗਭਗ 50,000 ਤੋਂ ਉੱਪਰ ਸੀਗੇ ਪੈਸੇ, ਕਿਉਂਕਿ ਅੱਜ ਡੀਲਰ ਆਉਣੇ ਸੀ, ਉਹਨਾਂ ਨੂੰ ਪੈਸੇ ਦੇਣੇ ਸੀ, 2-3 ਹਫ਼ਤਿਆਂ ਦੀ ਪੇਮੈਂਟ ਰੁਕੀ ਸੀਗੀ, ਅਸੀਂ ਦਿੱਤੇ ਨਹੀਂ ਸੀਗੇ ਅਤੇ ਅੱਜ ਪੈਸੇ ਦੇਣੇ ਸੀ, ਇਸ ਕਰਕੇ ਪੈਸੇ ਲਿਆਉਂਦੇ ਸੀਗੇ। ਚੋਰਾਂ ਦੇ ਹੌਸਲੇ ਕਿੰਨੇ ਜ਼ਿਆਦਾ ਬੁਲੰਦ ਨੇ ਇਸ ਦਾ ਅੰਦਾਜ਼ਾ ਤੁਸੀਂ ਇਹ ਤਸਵੀਰ ਦੇਖ ਕੇ ਸਹਿਜੇ ਹੀ ਲਗਾ ਸਕਦੇ ਹੋ ਕਿ ਕਿਵੇਂ ਚਿੱਟੇ ਦਿਨ ਹੀ ਇੱਕ ਮੁੰਡਾ ਦੁਕਾਨ 'ਚ ਦਾਖਲ ਹੋ ਕੇ ਗੱਲੇ 'ਚ ਪਈ ਹਜ਼ਾਰਾਂ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਤਸਵੀਰਾਂ ਹੁਸ਼ਿਆਰਪੁਰ ਦੇ ਕਸਬਾ ਗੜਦੀ ਵਾਲਾ ਦੀਆਂ ਨੇ, ਜਿੱਥੇ ਕਿ ਇੱਕ ਮੈਡੀਕਲ ਸਟੋਰ ਦੀ ਦੁਕਾਨ 'ਤੇ ਇੱਕ ਮੁੰਡਾ ਆਉਂਦਾ ਹੈ ਅਤੇ ਉਸ ਵੱਲੋਂ ਕਿਸੇ ਤਰ੍ਹਾਂ ਨਾਲ ਦੁਕਾਨ ਦਾ ਦਰਵਾਜ਼ਾ ਖੋਲ੍ਹਿਆ ਗਿਆ ਅਤੇ ਦੁਕਾਨ ਦੇ ਗੱਲੇ 'ਚ ਪਈ ਨਕਦੀ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਚੋਰ ਵੱਲੋਂ ਇਸ ਘਟਨਾ ਨੂੰ ਮਹਿਜ ਕੁਝ ਸੈਕਿੰਡਾਂ ਦੇ ਵਿੱਚ ਹੀ ਅੰਜਾਮ ਦਿੱਤਾ ਗਿਆ ਅਤੇ ਘਟਨਾ ਤੋਂ ਬਾਅਦ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਬੀਤੇ ਕੱਲ੍ਹ ਦੁਪਹਿਰ ਕਰੀਬ 12:30 ਵਜੇ ਦੁਕਾਨ ਦੇ ਦਰਵਾਜ਼ੇ ਨੂੰ ਤਾਲਾ ਲਗਾ ਕੇ ਬਾਥਰੂਮ ਕਰਨ ਦੇ ਲਈ ਗਿਆ ਸੀ ਅਤੇ ਇਸ ਦੌਰਾਨ ਇੱਕ ਨੌਜਵਾਨ ਦੁਕਾਨ 'ਤੇ ਆਉਂਦਾ ਹੈ ਅਤੇ ਕਿਸੇ ਤਰੀਕੇ ਨਾਲ ਦਰਵਾਜ਼ਾ ਖੋਲ੍ਹ ਕੇ ਗੱਲੇ 'ਚ ਪਈ ਨਕਦੀ ਚੁੱਕ ਕੇ ਫਰਾਰ ਹੋ ਜਾਂਦਾ ਹੈ ਅਤੇ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਮੈਂ ਦੁਕਾਨ ਤੋਂ 12:25 ਤੋਂ ਬਾਥਰੂਮ ਗਿਆ ਅਤੇ ਬਾਥਰੂਮ ਕਰਕੇ ਜਦ ਵਾਪਸ ਆਇਆ ਤਾਂ
ਚੇਅਰ ਤੇ ਬੈਠਾ ਹੱਥ ਧੋ ਕੇ। ਉਹ ਤੋਂ ਬਾਅਦ ਡੀਲਰ ਆਏ ਪੈਸੇ ਲੈਣ ਵਾਸਤੇ। ਇਸ ਲਈ ਮੈਂ ਆਪਣਾ ਗੱਲਾ ਦੇਖਿਆ ਤੇ ਮੇਰਾ ਗੱਲਾ ਖਾਲੀ ਬਿਲਕੁਲ ਖਾਲੀ ਸੀਗਾ ਤੇ ਕੁਛ 60 ਰੁਪਏ ਥੱਲੇ ਡਿੱਗੇ ਹੋਏ ਸੀਗੇ, ਜਦਕਿ ਅੱਜ ਤੱਕ ਮੇਰੇ ਪੈਸੇ ਕਦੀ ਥੱਲੇ ਨਹੀਂ ਡਿੱਗੇ ਸੰਭਾਲ ਦੇ ਅਨੁਸਾਰ। ਠੀਕ ਹੈ। ਉਹ ਤੋਂ ਬਾਅਦ ਮੈਂ ਚੰਬੇ 'ਚ ਪੈ ਕੇ ਪੈਸੇ ਕਿੱਥੇ, ਮੈਂ ਕਾਕੇ ਨੂੰ ਫੋਨ ਕੀਤਾ, ਇਹ ਕਹਿੰਦਾ ਮੈਂ ਲਿਆ ਆ, ਵਾਈਫ ਨੂੰ ਫੋਨ ਕੀਤਾ ਕਹਿੰਦੀ ਉਹ ਲੈ ਗਏ ਆ। ਠੀਕ ਹੈ। ਫਿਰ ਉਹ ਤੋਂ ਬਾਅਦ ਮੈਂ ਇਹਨੇ ਆਪਣੇ ਦੋਸਤ ਨੂੰ ਫੋਨ ਕੀਤਾ, ਅਸੀਂ ਕੈਮਰਾ ਖੰਗਾ ਲਿਆ, ਉਹਦੇ ਵਿੱਚ ਇੱਕ ਨੀਲੀ ਜੈਕਟ ਵਾਲਾ ਹੁੱਡੀ ਹੁੱਡ ਵਾਲੀ ਉਹਨੇ ਪਾਈ ਹੋਈ ਸੀ, ਉਹ ਰੰਗੇ ਹੱਥੀ ਪੈਸੇ ਕੱਢਦਾ ਫੜਿਆ ਗਿਆ। ਪਰ ਕਿਉਂਕਿ ਬਹੁਤ ਲੋਕ ਆਉਂਦੇ ਆ, ਇਹਨਾਂ ਦੀ ਸਾਨੂੰ ਇਹ ਨਹੀਂ ਪਤਾ ਵੀ ਬੱਚੇ ਕੌਣ ਸੀ ਜਾਂ ਕੌਣ ਨਹੀਂ। ਕੁਛ ਪਹਿਲਾਂ ਦੇਖਿਆ ਤੁਸੀਂ ਏਦਾਂ ਦਾ ਬੰਦਾ ਜੀ ਕਿਤੇ? ਮੈਂ ਕਦੀ ਇਹ ਨਹੀਂ, ਇਸ ਡਰੈਸ 'ਚ ਨਹੀਂ ਅੱਗੇ ਦੇਖਿਆ ਹੋਊਗਾ ਤਾਂ ਮੈਨੂੰ ਇੰਟੈਂਸ਼ਨਲੀ ਮੈਨੂੰ ਕੋਈ ਯਾਦ ਨਹੀਂ ਇਹਦੇ ਬਾਰੇ। ਠੀਕ ਹੈ। ਹੋਣਾ ਕੋਈ ਭੇਤੀ ਆ ਜਿਹੜਾ ਕੋਈ ਆਉਂਦਾ ਡੇਲੀ ਦੇਖਦਾ ਜਿਹਨੇ ਦੇਖਿਆ। ਤੁਹਾਡੀ ਕੋਈ ਫਿਕਸ ਟਾਈਮਿੰਗ ਵੀ ਆ ਵੀ ਇੰਨੇ ਕੁ ਵਜੇ ਤੁਸੀਂ ਬਾਥਰੂਮ ਜਾਂਦੇ ਜਾਂ ਫਿਰ ਜਾਂਦੇ ਜਾਂ ਕਿਤੇ ਕੰਮ ਜਾਂਦੇ ਆ? ਇੰਨੇ ਵਜੇ ਮੈਨੂੰ ਥੋੜੀ ਜਿਹੀ ਕਈ ਵਾਰ ਬਾਥਰੂਮ ਉਹ ਜ਼ਿਆਦਾ ਆਉਣ ਦੀ ਪ੍ਰੋਬਲਮ ਆਉਂਦੀ ਹੋਈ, ਜਿਲੇ ਆਉਂਦਾ ਮੈਂ ਉਸ 'ਚ ਚਲੇ ਜਾਂਦਾ, ਇੱਦਾਂ ਫਿਕਸ ਟਾਈਮ ਕੋਈ ਨਹੀਂ ਹੈਗਾ। ਕਿੰਨੀ ਪੇਮੈਂਟ ਚੋਰੀ ਹੋਈ ਜੀ ਆਪਣੀ? ਲਗਭਗ 50,000 ਤੋਂ ਉੱਪਰ ਸੀਗੇ ਪੈਸੇ, ਕਿਉਂਕਿ ਅੱਜ ਡੀਲਰ ਆਉਣੇ ਸੀ, ਉਹਨਾਂ ਨੂੰ ਪੈਸੇ ਦੇਣੇ ਸੀ, 2-3 ਹਫ਼ਤਿਆਂ ਦੀ ਪੇਮੈਂਟ ਰੁਕੀ ਸੀਗੀ, ਅਸੀਂ ਦਿੱਤੇ ਨਹੀਂ ਸੀਗੇ ਤੇ ਅੱਜ ਪੈਸੇ ਦੇਣੇ ਸੀ, ਇਸ ਕਰਕੇ ਪੈਸੇ ਲਿਆਉਂਦੇ ਸੀਗੇ।